ਦੋਸਤੋ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਆਟੋ ਨਿਊਜ਼ ਬਾਰੇ ਪਿਛਲੇ ਇੱਕ ਹਫ਼ਤੇ ਦੀ ਆਟੋ ਨਿਊਜ਼ ਬਾਰੇ ਗੱਲ ਕਰਾਂਗੇ ਨਿਸ਼ਾਨ ਇੰਡੀਆ ਦੇ ਵਿੱਚ ਲਗਭਗ ਖਤਮ ਹੋਣ ਦੀ ਕਦਾਰ ਤੇ ਆ ਪਰ ਫਿਰ ਵੀ ਇਹਨਾਂ ਨੇ ਇੱਕ ਆਪਣੀ ਆਰਿਆ ਨਾਮ ਦੀ ਈਵੀ ਐਸਯੂਵੀ ਲਾਂਚ ਕਰਨ ਜਾ ਰਹੇ ਆ ਜਿਹੜੀ 4x4 ਦੇ ਵਿੱਚ ਹੋਏਗੀ ਯਾਨੀ ਕਿ 올 व्हील ਡਰਾਈਵ ਦੇ ਵਿੱਚ ਹੋਏਗੀ ਇੱਕ ਚਾਰਜ ਦੇ ਨਾਲ ਇਹਦੀ 500 ਕਿਲੋਮੀਟਰ ਦੀ ਰੇਂਜ ਹੋਊਗੀ ਤੇ 65 ਕਿਲੋਵਾਟ ਦੀ ਇਹਦੀ ਬੈਟਰੀ ਹੋਊਗੀ। ਇੰਡੀਆ ਦੇ ਵਿੱਚ ਨਿਸ਼ਾਨ ਇਸ ਟਾਈਮ ਸਿਰਫ ਮੈਗਨਾਈਟ ਦੇ ਸਿਰ ਤੇ ਹੀ ਆਪਣੀ ਮੜੀ-ਮੋਟੀ ਸੇਲ ਕਰ ਰਿਹਾ। ਉਹ ਵੀ 2200 ਦੇ ਕਰੀਬੇ ਦੀ ਸੇਲ ਹੋ ਰਹੀ ਆ। ਅਗਲੀ ਗੱਲ ਕਰ ਲਈਏ ਤੇ ਸਾਰੀਆਂ ਕੰਪਨੀਆਂ ਜਿਹੜੀਆਂ ਉਹ EV ਵੱਲ ਆਪਣਾ ਫੋਕਸ ਕਰ ਰਹੀਆਂ ਤੇ ਮਰੂਤੀ ਜਿਹੜੀ ਆ ਮਰੂਤੀ ਸੰਯੁਕਤੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਆ ਤੇ ਹੁਣ ਇਹ ਪਿੱਛੇ ਕਿਦਾਂ ਰਹਿ ਸਕਦੀ ਹੀ ਤੇ ਮਰੂਤੀ ਅੱਗੇ ਜਾ ਕੇ ਆਪਣੀਆਂ EV ਕਾਰਾਂ ਲਾਂਚ ਕਰਨ ਜਾ ਰਹੀ ਆ। 2000 25 ਤੱਕ ਮਰੂਤੀ ਨੇ ਆਪਣੀਆਂ 6 ਕਾਰਾਂ EV ਦੇ ਵਿੱਚ ਲਾਂਚ ਕਰ ਦੇਣੀਆਂ ਮਰੂਤੀ ਨੇ ਟਾਰਗੇਟ ਰੱਖਿਆ ਹੈ ਕਿ 2031 ਤੱਕ 15 ਲੱਖ EV ਕਾਰਾਂ ਬਣਾ ਕੇ ਮਾਰਕੀਟ ਦੇ ਵਿੱਚ ਦੇ ਦੂਗੀ 2025 ਦੇ ਵਿੱਚ ਸਟਾਰਟਿੰਗ ਦੇ ਵਿੱਚ ਮਰੂਤੀ ਦੀ EVX ਤੇ WagonR ਦੋ ਗੱਡੀਆਂ EV ਦੇ ਵਿੱਚ ਆਉਣਗੀਆਂ ਸਟਾਰਟਿੰਗ ਦੇ ਵਿੱਚ ਮਰੂਤੀ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਸਾਰੀਆਂ ਕੰਪਨੀਆਂ ਆਪਣੀ ਟੈਕਨੋਲੋਜੀ ਤੇ ਸਾਰੇ ਐਕਸਪੈਰੀਮੈਂਟ ਕਰ ਲੈਣਗੀਆਂ ਤੋ ਉਸ ਤੋਂ ਬਾਅਦ ਸਾਡੀ ਜਿਹੜੀ ਟੈਕਨੋਲੋਜੀ ਆਏਗੀ ਸਭ ਤੋਂ ਵੱਧ ਰਿਫਾਈਨ ਹੋਏਗੀ ਸਭ ਤੋਂ ਵੱਧ ਰੇਂਜ ਦੇਊਗੀ ਜਿਵੇਂ ਕਿ ਸਾਡੀਆਂ ਕਾਰਾਂ ਜਿਹੜੀਆਂ ਉਹ ਪੈਟਰੋਲ ਸੀਐਨਜੀ ਦੇ ਵਿੱਚ ਸਭ ਤੋਂ ਵੱਧ ਮਾਈਲੇਜ ਦਿੰਦੀਆਂ ਇਸ ਕਰਕੇ ਚਲੋ ਦੇਖਦੇ ਹਾਂ ਅਮਰੂਤੀ ਸੁਨੋ ਕੀ ਕਰਦਾ ਏਵੀ ਦੇ ਵਿੱਚ ਟੋਇਟਾ ਦੀ ਇੱਕ ਨਵੀਂ ਐਸਯੂਵੀ ਆ ਰਹੀ ਹੈ ਟੋਇਟਾ ਅਰਬਨ ਕਰੂਜ਼ਰ ਟਾਈਜ਼ਰ ਜਿਹੜੀ ਕਿ ਫਰੌਂਕਸ ਤੇ ਬੇਸਡ ਹੋਊਗੀ ਜਿਵੇਂ ਕਿ ਪਹਿਲਾਂ ਟੋਇਟਾ ਤੇ ਅਮਰੂਤੀ ਆਪਸ 'ਚ ਕਰਦੀਆਂ ਕਿ ਇਧਰ ਦੀਆਂ ਗੱਡੀਆਂ ਉਧਰ ਉਧਰ ਦੀਆਂ ਇਧਰ ਯਾਨੀ ਇੱਕ ਦੂਜੇ ਨਾਲ ਗੱਡੀਆਂ ਦਾ ਵਟਾਂਦਰਾ ਕਰਦੇ ਰਹਿੰਦੇ ਆ ਉਸੇ ਤਰੀਕੇ ਨਾਲ ਫਰੌਂਕਸ ਜ ਉਹ ਟੋਇਟਾ ਦੇ ਵਿੱਚ ਅਰਬਨ ਕਰੂਜ਼ਰ ਟਾਈਜ਼ਰ ਦੇ ਨਾਮ ਤੇ ਲਾਂਚ ਹੋਣ ਜਾ ਰਹੀ ਆ ਇਹਦੇ ਚ ਸੇਮ ਇੰਜਨ ਉਹੀ ਆਉਣਗੇ ਟਰਬੋ ਇੰਜਨ ਆਊਗਾ 1.0 ਟਰਬੋ ਇੰਜਨ ਆਊਗਾ 1.2 ਲੀਟਰ ਪੈਟਰੋਲ ਇੰਜਨ ਆਊਗਾ ਤੇ ਸੀਐਨਜੀ ਦੇ ਵਿੱਚ ਵੀ ਆ ਸਕਦੀ ਆ ਇਹ ਗੱਡੀ ਸਬ 4 ਮੀਟਰ ਸੈਗਮੈਂਟ ਦੇ ਵਿੱਚ ਆਊਗੀ ਹੁਣ ਹੂਬੂ ਫਰੌਂਕਸ ਨਹੀਂ ਪੇਸ਼ ਕਰਨਗੇ ਫਰੰਟ ਔਰ ਰੀਅਰ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਕਰਨਗੇ ਜਿਹਦੇ ਨਾਲ ਕਿ ਇਹ ਬਿਲਕੁਲ ਟੋਇਟਾ ਦੀ ਹੀ ਗੱਡੀ ਲੱਗੇ ਕਿ ਜਿੱਦਾਂ ਪਹਿਲਾਂ ਜਿਹੜੀਆਂ ਟੋਇਟਾ ਦੇ ਵਿੱਚ ਮਰੂਤੀ ਦੀਆਂ ਗੱਡੀਆਂ ਆਈਆਂ ਉਹਦਾ ਕੋਈ ਰਿਸਪੌਂਸ ਵਧੀਆ ਲੋਕਾਂ ਨੇ ਨਹੀਂ ਦਿੱਤਾ ਇਸ ਕਰਕੇ ਇਹਨੂੰ ਬਿਲਕੁਲ ਅਲੱਗ ਕਰਨ ਜਾ ਰਹੇ ਆ ਕਿ ਜਿਹੜਾ ਪਬਲਿਕਲੀ ਰਿਸਪੌਂਸ ਜਿਹੜਾ ਉਹ ਵਧੀਆ ਮਿਲੇ ਦੋਸਤੋ ਐਕਐਸਯੂਵੀ 3WW ਦਾ ਇੱਕ ਨਵਾਂ ਵੇਰੀਐਂਟ ਲਾਂਚ ਕੀਤਾ ਗਿਆ W2 ਜਿਹੜਾ ਕਿ 7.99 ਦੇ ਵਿੱਚ ਲਾਂਚ ਕੀਤਾ ਯਾਨੀ ਕਿ 8 ਲੱਖ ਦੇ ਵਿੱਚ ਲਾਂਚ ਕੀਤਾ ਇਹ ਸਿਰਫ 1.2 ਲੀਟਰ ਟਰਬੋ ਪੈਟਰੋਲ ਦੇ ਵਿੱਚ ਆਊਗਾ ਡੀਜ਼ਲ ਦੇ ਵਿੱਚ ਨਹੀਂ ਆਊਗਾ ਜੇ ਡੀਜ਼ਲ ਚ ਤੁਸੀਂ ਲੈਣਾ ਤਾਂ ਉਹ ਜਿਹੜੇ ਨਾਰਮਲ ਬਾਕੀ ਵੇਰੀਐਂਟ ਚੱਲਦੇ ਆ ਉਹ ਤੁਹਾਨੂੰ ਮਿਲਣਗੇ ਇਹ ਵੇਰੀਐਂਟ ਲਾਂਚ ਕਰਨ ਦਾ ਕਾਰਨ ਸਿਰਫ ਇੱਕ ਕੰਪੀਟੀਸ਼ਨ ਕਰਕੇ ਆ ਕਿਉਂਕਿ ਇਹਦਾ ਕੰਪੀਟੀਸ਼ਨ ਰਹਿੰਦਾ ਟਾਟਾ ਨੈਕਸਨ ਦੇ ਨਾਲ ਤੇ ਨੈਕਸਨ ਨੂੰ ਕੰਪੀਟੀਸ਼ਨ ਦੇਣ ਦੇ ਚੱਕਰ ਚ ਇਹਦਾ W2 ਵੇਰੀਐਂਟ ਲਾਂਚ ਕੀਤਾ ਗਿਆ Kia Sonet ਦਾ ਫੇਸ ਲਿਫਟ ਜਿਹੜਾ ਉਹ ਨੈਕਸਟ ਈਅਰ ਲਾਂਚ ਹੋਣ ਵਾਲਾ ਇਹਦੇ ਚ ਕਾਫੀ ਜ਼ਿਆਦਾ ਫੀਚਰਸ ਜਿਹੜੇ ਸਾਨੂੰ ਮਿਲਣਗੇ ਜਿਦਾਂ ਕਿ 360 ਡਿਗਰੀ ਕੈਮਰਾ ਐਡਾਸ ਤੇ ਹੋਰ ਵੀ ਕਈ ਫੀਚਰਸ ਇਹਦੇ ਵਿੱਚ ਐਡ ਕੀਤੇ ਗਏ ਇਹ ਵੀ ਸਬ 4 ਮੀਟਰ ਕੈਟਾਗਰੀ ਦੇ ਵਿੱਚ ਆਊਗੀ ਤੇ ਖਾਸ ਕਰਕੇ ਡੀਜ਼ਲ ਪੈਟਰੋਲ ਦੇ ਵਿੱਚ ਆਊਗੀ ਤੇ ਅੱਗੇ ਜਾ ਕੇ EV ਦੇ ਵਿੱਚ ਵੀ ਆ ਸਕਦੀ ਹੈ 9 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਇਹਦਾ ਰੇਟ ਹੋ ਸਕਦਾ ਹੁੰਡਾਈ ਦੀ ਐਕਸਟਰਾ ਹੁਣੇ-ਹੁਣੇ ਹਜੇ ਲਾਂਚ ਹੋਈ ਆ ਉਹਦਾ ਠੀਕ ਠਾਕ ਰਿਸਪਾਂਸ ਮਿਲ ਰਿਹਾ ਇਹੋ ਹੀ ਐਕਸਟਰਾ ਸਾਨੂੰ EV ਦੇ ਵਿੱਚ ਵੀ ਮਿਲੂਗੀ 2024 ਦੇ ਵਿੱਚ ਲਾਂਚ ਹੋਊਗੀ ਤੇ 300 ਤੋਂ ਲੈ ਕੇ 350 ਕਿਲੋਮੀਟਰ ਦੀ ਇਹਦੀ ਰੇਂਜ ਹੋਊਗੀ ਇੱਕ ਚਾਰਜ ਦੇ ਨਾਲ ਤੇ ਖਾਸ ਗੱਲ ਇਹ ਹੋਊਗੀ ਕਿ ਹੁੰਡਾਈ ਦੀ ਸਭ ਤੋਂ ਸਸਤੀ EV ਕਾਰ ਲਾਂਚ ਹੋਣ ਜਾ ਰਹੀ ਹੈ 2024 ਦੇ ਵਿੱਚ ਇਹਦੇ ਨਾਲ ਨਾਲ ਇਹ ਵੀ ਦੱਸ ਦਿਆਂ ਕਿ ਹੁੰਡਾਈ ਐਕਸਟਰ ਦੀ 50000 ਬੁਕਿੰਗਾਂ ਜਿਹੜੀਆਂ ਡਨ ਹੋ ਚੁੱਕੀਆਂ ਹਨ तकरीबन 1 ਮਹੀਨੇ ਦੇ ਅੰਦਰ ਅੰਦਰ 50000 ਬੁਕਿੰਗਾਂ ਜਿਹੜੀਆਂ ਇਹਦੀਆਂ ਹੋ ਚੁੱਕੀਆਂ ਨੇ ਤੇ ਠੀਕ ਠਾਕ ਰਿਸਪੌਂਸ ਜਿਹੜਾ ਮਿਲ ਰਿਹਾ ਔਰ ਟਾਟਾ ਦੀ ਨੈਕਸੌਨ ਜਿਹੜੀ ਲਾਂਚ ਹੋਣ ਵਾਲੀ ਅੱਗੇ ਜਾ ਕੇ ਹੁਣ ਟਾਟਾ ਨੇ ਆਪਣਾ ਇੱਕ ਆਪਰ ਡੇਟ ਦਿੱਤਾ ਕਹਿੰਦੇ ਕਿ ਆਪਾਂ ਅਕਤੂਬਰ ਦੇ ਵਿੱਚ ਸਟਾਰਟਿੰਗ ਦੇ ਵਿੱਚ ਹੀ ਇਹਨੂੰ ਲਾਂਚ ਕਰ ਦੇਵਾਂਗੇ ਤੇ ਇਹਦੇ ਵਿੱਚ ਇੱਕ ਨਵਾਂ ਪੈਟਰੋਨ ਇੰਜਨ ਵੀ ਆਊਗਾ ਕਾਫੀ ਜ਼ਿਆਦਾ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਨੈਕਸਨ ਦੇ ਵਿੱਚ ਆਉਣ ਵਾਲੀਆਂ 360 ਡਿਗਰੀ ਕੈਮਰਾ ਆਊਗਾ ਪੈਨਰੋਮਿਕ ਸਨਰੂਫ ਆਊਗਾ ਆਪਣੇ ਸੈਗਮੈਂਟ ਦੇ ਵਿੱਚ ਸਭ ਤੋਂ ਵੱਧ ਫੀਚਰਸ ਦੇਣ ਵਾਲੀ ਕਾਰ ਕਹਿ ਰਹੀ ਹੈ ਟਾਟਾ ਕਿ ਟਾਟਾ ਨੈਕਸਨ ਹੋਊਗੀ ਆਡੀ Q8 e-tron ਲਾਂਚ ਹੋ ਚੁੱਕੀ ਹੈ ਇੰਡੀਆ ਦੇ ਵਿੱਚ ਇਹਦੀ ਬੁਕਿੰਗ ਓਪਨ ਕਰ ਦਿੱਤੀ ਹੈ ਆਡੀ ਨੇ 5 ਲੱਖ ਰੁਪਇਆ ਦੇ ਕੇ ਆਪਾਂ ਇਹਦੀ ਬੁਕਿੰਗ ਕਰਾ ਸਕਦੇ ਹਾਂ ਕਯੂ 8 ਦੀ ਖਾਸ ਗੱਲ ਇਹ ਵਾ ਕਿ 588 ਕਿਲੋਮੀਟਰ ਇੱਕ ਚਾਰਜ ਦੇ ਨਾਲ ਹੈ ਚੱਲੂਗੀ ਰੇਟ ਇਹਦਾ ਹਜੇ ਤੱਕ ਸਾਹਮਣੇ ਨਹੀਂ ਆਇਆ ਤੋਂ ਮੈਂ ਪਿਛਲੇ ਵਾਰ ਤੁਹਾਨੂੰ ਦੱਸਿਆ ਹੈਗਾ ਕਿ ਟੋਇਟਾ ਰੋਮੀਓਨ ਦੇ ਨਾਂ ਤੇ ਆਰਟਿਕਾ ਨੂੰ ਲਾਂਚ ਕਰਨ ਜਾ ਰਹੀ ਆ ਸੋ ਉਹਨਾਂ ਨੇ ਅਨਵੀਲ ਕਰ ਦਿੱਤੀ ਆ ਰੋਮੀਓਨ ਨਾਮ ਤੋਂ ਆਰਟਿਕਾ ਉਹੀ ਆਰਟੀਕਲ ਜਿਹੜੀ ਸਾਨੂੰ ਹੂ ਬਹੂ ਮਰੂਤੀ ਸਯੋਕੀ ਚ ਮਿਲਦੀ ਆ ਸੇਮ ਇੰਜਨਾਂ ਦੇ ਨਾਲ ਆਊਗੀ ਪੈਟਰੋਲ ਦੇ ਵਿੱਚ ਆਊਗੀ ਸੀਐਨਜੀ ਦੇ ਵਿੱਚ ਆਊਗੀ 1.5 ਲੀਟਰ ਪੈਟਰੋਲ ਦੇ ਵਿੱਚ ਆਊਗੀ ਔਰ ਇਹ 7 ਸੀਟਰ ਐਮਯੂਵੀ ਸੈਗਮੈਂਟ ਦੇ ਵਿੱਚ ਆ ਇਹਦਾ ਇੰਜਨ 103 ਪੀਐਸ ਪਾਵਰ ਦੇਊਗਾ ਤੇ 137 ਨਿਊਟਨ ਮੀਟਰ ਟਾਰਕ ਦੇਊਗਾ 6 ਸਪੀਡ ਆਟੋਮੈਟਿਕ ਔਰ 5 ਸਪੀਡ ਮੈਨੂਅਲ ਦੇ ਵਿੱਚ ਆਊਗੀ ਤੋ ਫਾਈਨਲੀ ਪੰਜ ਸੀਐਨਜੀ ਜਿਹੜੀ ਹੈ ਲਾਂਚ ਕਰ ਦਿੱਤੀ ਗਈ ਹੈ 1.2 ਲੀਟਰ ਪੈਟਰੋਲ ਇੰਜਨ ਦੇ ਵਿੱਚ ਆਊਗੀ ਪੈਟਰੋਲ ਸੀਐਨਜੀ ਦੋਨਾਂ ਦੇ ਵਿੱਚ ਆਊਗੀ ਪਹਿਲਾਂ ਇਹਨਾਂ ਨੇ ਆਪਣੀ ਮਾਈਲੇਜ ਨਹੀਂ ਦੱਸੀ ਹੁਣ ਇਹਨਾਂ ਨੇ ਆਪਣੀ ਮਾਈਲੇਜ ਦੱਸਤੀ ਹੈ ਤਕਰੀਬਨ 26 ਤੋਂ 27 ਦੇ ਵਿੱਚ ਵਿੱਚ ਪਰ ਕਿਜੀ ਦੇ ਹਿਸਾਬ ਨਾਲ ਮਾਈਲੇਜ ਦੇਊਗੀ 17.5 ਪੀਐਸ ਪਾਵਰ ਦੇਊਗੀ ਤੇ 103 ਨਿਊਟਨ ਮੀਟਰ ਟਾਰਕ ਦਊਗੀ ਔਰ ਇਹ ਸਿਰਫ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਹੋਊਗੀ 5 ਸਪੀਡ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਆਊਗੀ ਔਰ ਖਾਸ ਗੱਲ ਹੈ ਵਾ ਸਨ ਰੂਫ ਵੀ ਮਿਲੇਗਾ ਔਰ ਇਹ ਐਸਯੂਵੀ ਸੈਗਮੈਂਟ ਦੀ ਬਹੁਤ ਸਸਤੀ ਕਾਰ ਹੋਊਗੀ ਜਿਹਦੇ ਵਿੱਚ ਸਨ ਰੂਫ ਮਿਲੇਗਾ ਕੀਮਤ 7 ਲੱਖ 10 ਹਜ਼ਾਰ ਤੋਂ ਲੈ ਕੇ 9 ਲੱਖ 68 ਹਜ਼ਾਰ ਰੁਪਏ ਤੱਕ ਤੁਹਾਨੂੰ ਇੱਕ ਸ਼ੋਰੂਮ ਪ੍ਰਾਈਸ ਮਿਲੇਗੀ ਮਰਸੀਡੀਜ਼ ਨੇ ਆਪਣੀ ਜੀਐਲਸੀ ਲਾਂਚ ਕਰ ਦਿੱਤੀ ਹੈ ਜੀਐਲਸੀ ਦੋ ਵੈਰੀਐਂਟਾਂ ਦੇ ਵਿੱਚ ਆਈ ਹੈ ਪੈਟਰੋਲ ਔਰ ਡੀਜ਼ਲ ਜੀਐਲਸੀ 300 ਔਰ ਜੀਐਲਸੀ 220 ਦੇ ਵਿੱਚ ਆਈ ਹੈ GLC 300 ਜਿਹੜੀ ਆ ਉਹ ਪੈਟਰੋਲ ਦੇ ਵਿੱਚ ਆ GLC 220 ਡੀਜ਼ਲ ਦੇ ਵਿੱਚ ਆ 73,50,000 ਤੋਂ ਲੈ ਕੇ 74,50,000 ਦੇ ਵਿੱਚ ਇਹਦੇ ਦੋਨੇ ਵੇਰੀਐਂਟ ਮਿਲ ਜਾਣਗੇ ਦੋਸਤੋ ਜੀਪ ਦਿਨੋਂ ਦਿਨ ਡੁੱਬਦੀ ਜਾ ਰਹੀ ਹੈ ਜੀਪ ਦੀ ਸੇਲ ਦਿਨੋਂ ਦਿਨ ਘਟਦੀ ਜਾ ਰਹੀ ਆ ਤੇ ਇਹਦੇ ਨਾਲ ਨਾਲ ਜੀਪ ਪਤਾ ਨਹੀਂ ਜੀਪ ਨੂੰ ਕਿਹੜਾ ਚਾ ਚੜਿਆ ਜਾਂ ਇਹਨਾਂ ਦੀ ਸੇਲ ਜ਼ਿਆਦਾ ਹੋ ਰਹੀ ਆ ਤਾਂ ਕਰਕੇ ਆ ਰੇਟ ਚੱਕੀ ਜਾਂਦੇ ਆ ਉਹ ਇਹਨਾਂ ਨੇ ਫੇਰ ਆਪਣੀਆਂ ਗੱਡੀਆਂ ਦਾ ਰੇਟ ਵਧਾ ਦਿੱਤਾ ਜੀਪ ਮੈਰੀਟਨ ਔਰ ਜੀਪ ਕੰਪਾਸ ਦੋਨਾਂ ਦੇ ਰੇਟ ਵਧਾਏ ਆ ਰੂਬੀਕੋਨ ਔਰ ਰੈਂਗਲਰ ਦੇ ਰੇਟ ਨਹੀਂ ਵਧਾਏ 29000 ਤੋਂ ਲੈ ਕੇ 45000 ਰੁਪਏ ਤੱਕ ਇਹਨਾਂ ਨੇ ਆਪਣਾ ਰੇਟ ਜਿਹੜਾ ਵਧਾ ਦਿੱਤਾ ਸੋ ਦੋਸਤੋ ਇਹ ਸੀਗੀਆਂ ਪਿਛਲੇ ਇੱਕ ਹਫਤੇ ਦੀਆਂ ਆਟੋ ਨਿਊਜ਼ ਮਿਲਦੇ ਆ ਜੀ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ